ਸਾਡੇ ਵਿੱਚ ਸਪੈਸ਼ਲ ਜਲੰਧਰ ਤੋਂ ਆਏ ਸਾਥੀ ਅਮਨ ਕੁਮਾਰ ਜੀ, ਤਰਸੇਲਾ ਜੀ, ਰਿਸ਼ੀ ਕੁਮਾਰ ਜੀ, ਦਰਬਾਰ ਸਿੰਘ ਔਰ ਇਹਨਾਂ ਦੇ ਹੋਰ ਜਿਹੜੇ ਸਾਥੀ ਆਏ ਉਹਨਾਂ ਨੂੰ ਜੀ ਆਇਆਂ ਹੱਥਾਂ ਔਰ ਧੰਨਵਾਦ ਕਰਦਾ। ਇਸ ਦੇ ਨਾਲ ਹੀ ਮੋਗਾ ਤੋਂ ਸਾਡੇ ਕਾਫੀ ਬੁਢਾਪੇ ਦਾ ਸਹਾਰਾ ਇਹ ਤੁਹਾਡੀ ਜਿਹੜੀ ਚੀਜ਼ ਨਾ ਸਾਨੂੰ ਇਹ ਆ ਗਈ ਹੈ। ਚਲੋ ਵਧੀਆ ਗੱਲ ਹੈ, ਤੁਸੀਂ 3 ਨੰਬਰ ਤੇ ਵੀ ਰੱਖੀ ਹੋਈ ਹੈ, ਐਨਸੀ ਵੀ ਰੱਖੀ ਹੈ, ਬਹੁਤ ਬਹੁਤ ਵਧੀਆ ਗੱਲ ਹੈ। ਮੈਨੂੰ ਦੇਖਣ ਚ ਹੋ ਗਿਆ ਹੋਣਾ ਕਿ ਐਂਡ ਦੇ ਵਿੱਚ ਆ ਗਈਆਂ ਨੇ ਤੇ ਇਹ ਕਿੱਥੇ ਨਾ ਕਿੱਥੇ ਐਨਗੈਲੀ ਚਲੋ ਜਥੇਬੰਦੀ ਤੋਂ ਵੀ ਹੋਈ ਹੈ, ਸਰਕਾਰਾਂ ਵੀ ਐਵੇਂ ਨਜ਼ਰ ਇਹਨਾਂ ਨੂੰ ਵੀ ਜੀ ਆਇਆ ਔਰ ਧੰਨਵਾਦ ਕਰਦਾ ਜੀ ਇਹਨਾਂ ਦਾ ਵੀ ਇਸ ਕਨਵੈਨਸ਼ਨ ਦੇ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਆ। ਅਗਲੇ ਬੁਲਾਰਿਆਂ ਨੂੰ ਮੈਂ ਬੇਨਤੀ ਕਰਾਂਗਾ, ਪੁਰਾਣੀ ਪੈਨਸ਼ਨ ਬਾਜ ਇਹ ਸਾਡਾ ਅਗਲਾ ਟੌਪਿਕ ਆ ਔਰ ਮਨੋਜ ਕਈ ਜੀ ਪਟਿਆਲੇ ਤੋਂ 5 ਤੋਂ 7 ਮਿੰਟ ਦੇ ਵਿੱਚ ਆਪਣੀ ਗੱਲ ਜਿਹੜੀ ਆ ਸਾਫ ਅਪ ਕਰਕੇ ਮਨੋਜ ਜੀ। ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਦੇ ਵਿੱਚ ਹਾਜ਼ਰ ਮੈਂਬਰ ਗਾਇਬ ਹੋ ਜਾਂਦੀ ਹੈ ਤੇ ਜੇ ਆਪਾਂ ਇਹ ਕਹਿੰਦੇ ਵੀ ਸਾਡੇ ਨਾਲ ਮੀਟਿੰਗਾਂ ਕਰੋ, ਅਸੀਂ ਆਪਣੀਆਂ ਮੰਗਾਂ ਤੁਹਾਨੂੰ ਦੱਸਣੀਆਂ ਤੇ ਸਾਨੂੰ ਆਹ ਪ੍ਰੋਬਲਮ ਆ ਰਹੀਆਂ ਨੇ, ਤਾਂ ਇਹੋ ਜਿਹੀਆਂ ਸਰਕਾਰਾਂ ਕੋਲ ਸਮਾਂ ਵੀ ਨਹੀਂ ਹੁੰਦਾ ਤੇ ਇਹ ਪਹਿਲੀ ਗੱਲ ਨਹੀਂ ਹੈ, ਪਹਿਲਾਂ ਵੀ ਇਹੋ ਜਿਹਾ ਹੋਇਆ। ਭਾਵੇਂ ਸਰਕਾਰਾਂ ਜਿਹੜੀਆਂ ਮਰਜ਼ੀ ਹੁਣ ਪੱਕਾ ਆਪਾਂ ਕਹਿੰਦੇ ਬਦਲਦੀਆਂ ਨੇ, ਹੁਣ ਵੀ ਇਹ ਪੱਕਾ ਦਾ ਰੰਗ ਬਦਲ ਗਿਆ ਸਰ। ਕੀ ਸੀ ਕਿ ਜਿਹੜਾ ਵੱਢ ਰਿਹਾ ਸੀ ਉੱਥੇ ਸਪੈਸ਼ਲ ਅਲਾਊਂਸ ਦਿੱਤਾ ਜਾਂਦਾ ਸੀ ਤਾਂ ਜੋ ਅਧਿਆਪਕ ਇੱਥੇ ਟਿਕੇ ਰਹਿਣ, ਪੇਂਡੂ ਭੱਤਾ ਦਿੱਤਾ ਜਾਂਦਾ ਸੀ ਤਾਂ ਜੋ ਇਹ ਸ਼ਹਿਰ ਹੁਣ ਨਾ ਬਚਣ, ਲੇਕਿਨ ਇਹ ਸਰਕਾਰਾਂ ਜੋ ਪਿਛਲੇ ਸਮੇਂ ਦੇ ਵਿੱਚ ਅਸੀਂ ਵੇਖਿਆ ਹੈ ਉਹਨਾਂ ਨੇ ਆਪਣਾ ਉਸ ਚੀਜ਼ ਦਾ ਨੁਕਸਾਨ ਹੀ ਲੱਗਿਆ ਹੈ। ਜੀ ਹਰਜਿੰਦਰਪਾਲ ਸਿੰਘ ਪੰਨੂ, ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿਸਟਰਡ। ਅੱਜ ਅਸੀਂ ਪੰਜਾਬ ਦੇ ਅੰਦਰ ਨਵੀਂ ਸਰਕਾਰ ਆਉਣ ਦੀ ਚਾਹੀਏ, ਉਸ ਤੋਂ ਬਾਅਦ ਨਵੇਂ ਸਿੱਖਿਆ ਮੰਤਰੀ ਪੰਜਾਬ ਸਰਦਾਰ ਜੋਤ ਸਿੰਘ ਜੀ ਬੈਂਸ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿਸਟਰਡ ਵੱਲੋਂ ਇੱਕ ਕਨਵੈਨਸ਼ਨ ਕਰਾ ਕੇ, ਜਿਹਦਾ ਮੁੱਖ ਮਕਸਦ ਆ ਕਿ ਪ੍ਰਾਇਮਰੀ ਪੱਧਰ 'ਤੇ ਸਿੱਖਿਆ ਸੁਧਾਰਾਂ ਨੂੰ ਲੈ ਕੇ, ਬੱਚਿਆਂ ਦੀਆਂ ਮੁਸ਼ਕਲਾਂ ਨੂੰ ਲੈ ਕੇ, ਅਧਿਆਪਕਾਂ ਦੇ ਵਿੱਤੀ ਮਸਲੇ ਆ ਉਹਨਾਂ ਦੇ ਵਿਭਾਗੀ ਮਸਲਿਆਂ ਨੂੰ ਲੈ ਕੇ, ਜੋ ਵੀ ਮੁਸ਼ਕਲਾਂ ਜੋ ਸਿੱਖਿਆ ਦੇ ਖੇਤਰ ਦੇ ਵਿੱਚ ਜਾਂ ਸਿੱਖਿਆ ਨੂੰ ਪਿੱਛੇ ਪਾ ਰਹੀਆਂ ਨੇ, ਉਹਨਾਂ ਮੁਸ਼ਕਲਾਂ ਨੂੰ ਸਰਕਾਰ ਦੇ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਉਣ ਲਈ ਕਨਵੈਨਸ਼ਨ ਕੀਤੀ ਹੈ। ਇਹਦਾ ਮੇਨ ਮਕਸਦ ਇਹੋ ਹੀ ਹੈ ਕਿ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਈਏ, ਕਿਉਂਕਿ ਬਹੁਤ ਸਾਰੀਆਂ ਗੱਲਾਂ ਉਹ ਨੇ ਜੋ ਪਿਛਲੀਆਂ ਸਰਕਾਰਾਂ ਦੇ ਦਰਮਿਆਨ ਅਣਗੌਲੀਆਂ ਵੀ ਰਹੀਆਂ, ਪਲੱਸ ਨੁਕਸਾਨ ਵੀ ਹੋਏ ਆ, ਵਿੱਤੀ ਮਸਲਿਆਂ ਦੇ ਨੁਕਸਾਨ ਹੋਏ ਆ, ਵਿਭਾਗੀ ਪੋਸਟਾਂ ਖਤਮ ਕੀਤੀਆਂ ਗਈਆਂ, ਪੇ ਸਕੇਲਾਂ ਨੂੰ ਘਟਾਇਆ ਗਿਆ, ਪੱਤਿਆਂ ਨੂੰ ਕੱਟਿਆ ਗਿਆ, ਕੱਚੇ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਗਿਆ, ਪ੍ਰੀ ਪ੍ਰਾਇਮਰੀ ਦੀਆਂ ਭਰਤੀਆਂ ਕਰਨ ਦੀ ਗੱਲ ਆ, ETT ਅਧਿਆਪਕਾਂ ਦੀਆਂ ਰਹਿੰਦੀਆਂ ਭਰਤੀਆਂ ਗੱਲ ਆ, ਪ੍ਰਮੋਸ਼ਨਾਂ ਦੀ ਗੱਲ ਆ, ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਕੇਂਦਰੀ ਪੈਟਰਨ ਸਕੇਲਾਂ ਨੂੰ ਬੰਦ ਕਰਨ ਦੀ ਗੱਲ ਆ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਦੀ ਗੱਲ ਆ, ਪੁਰਾਣੀ ਪੈਨਸ਼ਨ ਬਹਾਲੀ ਦੀ ਗੱਲ ਆ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਜੋ ਪ੍ਰਾਇਮਰੀ ਸਕੂਲਾਂ ਦੇ ਅੰਦਰ ਪੜ੍ਹਾ ਰਹੇ ਅਧਿਆਪਕਾਂ ਨੂੰ ਮੁਲਾਜ਼ਮਾਂ ਨੂੰ ਆਉਂਦੀਆਂ ਨੇ, ਉਹਨਾਂ ਸਮੱਸਿਆਵਾਂ ਨੂੰ ਯਤਨ ਕੀਤਾ ਕਿ ਸਿੱਖਿਆ ਮੰਤਰੀ ਦੇ ਧਿਆਨ ਦੇ ਵਿੱਚ ਲਈਏ, ਉਸੇ ਮਕਸਦ ਨਾਲ ਇੱਥੇ ਆਏ ਹਾਂ। ਸਿੱਖਿਆ ਮੰਤਰੀ ਜੀ ਪੰਜਾਬ ਦੇ ਧਿਆਨ 'ਚ ਲਿਆਂਦਾ, ਲਗਾਤਾਰ ਪ੍ਰਸ਼ਾਸਨ ਵੀ ਸਵੇਰ ਦਾ ਜਿਹੜਾ ਉਹ ਸੰਪਰਕ ਦੇ ਵਿੱਚ ਆ, ਇਹਨਾਂ ਨੂੰ ਇਹੋ ਹੀ ਗੱਲ ਦੱਸੀ ਹੈ ਕਿ ਜੇ ਸਿੱਖਿਆ ਮੰਤਰੀ ਜੀ ਪੰਜਾਬ ਸਾਡੀਆਂ ਮੰਗਾਂ ਨੂੰ ਜਿਹੜਾ ਸੁਣ ਲੈਂਦੇ ਨੇ ਤੇ ਉਹਨਾਂ ਨੂੰ ਵਿਚਾਰ ਕੇ ਉਹਦਾ ਹੱਲ ਕਰਨ ਦਾ ਯਤਨ ਕਰਦੇ ਆ, ਤੇ ਅਸੀਂ ਕਨਵੈਨਸ਼ਨ ਜਿਹੜੀ ਇੱਥੇ ਸਮਾਪਤ ਕਰਾਂਗੇ, ਨਹੀਂ ਤੇ ਅਦਰਵਾਈਜ਼ ਅਸੀਂ ਇਹਨਾਂ ਦੇ ਵੱਲ ਨੂੰ ਰੋਸ ਮਾਰਚ ਕਰਾਂਗੇ, ਕਿਉਂਕਿ ਅਧਿਆਪਕਾਂ ਦੇ ਅੰਦਰ ਰੋਸ ਹੈ ਕਿ ਉਹ ਪੁਰਾਣੀਆਂ ਸਰਕਾਰਾਂ ਵਾਂਗੂ ਪੁਰਾਣੇ ਮੰਤਰੀਆਂ ਵੱਲੋਂ ਸਾਨੂੰ ਅਣਗੌਲਿਆ ਨਾ ਕੀਤਾ ਜਾਵੇ, ਸਿੱਖਿਆ ਦੇ ਸੁਧਾਰਾਂ ਨੂੰ ਉਹਨਾਂ ਦੇ ਅਧਿਆਪਕਾਂ ਦੀਆਂ ਮੰਗਾਂ ਨੂੰ ਜਿਹੜਾ ਵਧੀਆ ਢੰਗ ਨਾਲ ਹੱਲ ਕੀਤਾ ਜਾਵੇ। ਸੋ ਪ੍ਰਸ਼ਾਸਨ ਲਗਾਤਾਰ ਆਪਣੇ ਯਤਨਾਂ ਦੇ ਵਿੱਚ ਆ, ਕਨਵੈਨਸ਼ਨ ਚੱਲ ਰਹੀ ਹੈ, ਤਹਿਸੀਲਦਾਰ ਸਾਹਿਬ ਵੱਲੋਂ, ਪ੍ਰਸ਼ਾਸਨ ਵੱਲੋਂ, SP ਸਾਹਿਬ ਵੀ ਆਏ ਸੀ, ਉਹਨਾਂ ਨੇ ਇੱਕ ਵਿਸ਼ਵਾਸ ਦਵਾਇਆ ਕਿ 6 ਤਰੀਕ ਨੂੰ ਕੋਈ ਪੈਨਲ ਮੀਟਿੰਗ ਜਿਹੜੀ ਉਹ ਫਿਕਸ ਹੋ ਰਹੀ ਹੈ, ਜੇ 6 ਤਰੀਕ ਨੂੰ ਪੈਨਲ ਮੀਟਿੰਗ ਦਾ ਸਾਨੂੰ ਸੱਦਾ ਪੱਤਰ ਰਿਟਨ ਤੌਰ 'ਤੇ ਮਿਲਦਾ ਹੈ ਚੰਡੀਗੜ੍ਹ ਦੇ ਵਿੱਚ, ਤਾਂ ਫਿਰ ਅਸੀਂ ਕਨਵੈਨਸ਼ਨ ਦੀ ਸਮਾਪਤੀ ਕਰਕੇ ਉਹ ਸਿੱਖਿਆ ਮੰਤਰੀ ਦੀ ਮੀਟਿੰਗ 'ਚ ਸਾਰੇ ਮਸਲੇ ਲਿਆਵਾਂਗੇ, ਉਸ ਤੋਂ ਬਾਅਦ ਹੀ ਅਗਲੇ ਪ੍ਰੋਗਰਾਮ ਲਿਖਾਂਗੇ। ਅਦਰਵਾਈਜ਼ ਜੇ ਸਾਨੂੰ ਲੱਗਦਾ ਕਿ ਅੱਜ ਦੀ ਮੀਟਿੰਗ ਨੂੰ ਸਾਡੀ ਇਸ ਕਨਵੈਨਸ਼ਨ ਨੂੰ ਅਣਗੌਲਿਆਂ ਕੀਤਾ ਗਿਆ, ਸਾਡੀ ਕੋਈ ਮੀਟਿੰਗ ਨਹੀਂ ਤੈਅ ਕੀਤੀ ਗਈ, ਕਿਉਂਕਿ ਸਿੱਖਿਆ ਮੰਤਰੀ ਜੀ ਨੇ ਵੀ ਪਹਿਲਾਂ ਇੱਕ ਗੱਲ ਦੱਸਣਿਆ ਆਇਆ ਸੀਗਾ ਕਿ ਮੈਂ ਕਨਵੈਨਸ਼ਨ ਦੇ ਵਿੱਚ ਪਹੁੰਚਾਂਗਾ, ਉਹਨਾਂ ਨੂੰ ਜ਼ਰੂਰੀ ਮੀਟਿੰਗ ਹੋਣ ਕਾਰਨ ਉਹਨਾਂ ਨੂੰ ਦਿੱਲੀ ਜਾਣਾ ਪਿਆ, ਚਲੋ ਉਹਨਾਂ ਦੇ ਆਪਣੇ ਜਿਵੇਂ ਆ, ਪਰੰਤੂ ਜੇਕਰ ਸਾਡੀ ਮੀਟਿੰਗ ਦੇ ਵਿੱਚ ਸਾਡੇ ਮਸਲੇ ਹੱਲ ਨਹੀਂ ਹੁੰਦੇ, ਸੋ ਅਗਲਾ ਸੰਘਰਸ਼ ਲੀਕ ਦਿੱਤਾ ਜਾਵੇਗਾ। ਸੋ ਅੱਜ ਇਹਨਾਂ ਵੱਲੋਂ ਇੱਕ ਸਾਨੂੰ ਵਾਧਾ ਭਰੋਸਾ ਕੀਤਾ, ਵਿਸ਼ਵਾਸ ਆਇਆ ਕਿ ਜਿਹੜਾ ਪੱਤਰ ਹੈ ਉਹ ਤਹਿਸੀਲਦਾਰ ਸਾਹਿਬ ਲੈ ਕੇ ਆ ਰਹੇ ਹੈ, ਜੇ ਤਹਿਸੀਲਦਾਰ ਸਾਹਿਬ ਵੱਲੋਂ ਮੀਟਿੰਗ ਜਿਹੜੀ ਫਿਕਸ ਨਹੀਂ ਹੁੰਦੀ, ਪੱਤਰ ਨਹੀਂ ਮਿਲਦਾ, ਤਾਂ ਫਿਰ ਉੱਥੇ ਇੱਕ ਰੋਸ ਮਾਰਚ ਜਿਹੜਾ ਉਹ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਕਰਾਂਗੇ। ਹਾਂਜੀ, ਮੈਂ ਬਖਸ਼ੀਸ਼ ਸਿੰਘ ਜੀ, ਅਧਿਆਪਕ ਆਗੂ ਬਲਾਕ ਅਨੰਦਪੁਰ ਸਾਹਿਬ ਜੀ। ਅਸੀਂ ਅੱਜ ਐਲੀਮੈਂਟਰੀ ਟੀਚਰ ਯੂਨੀਅਨ ਵੱਲੋਂ ਅਨੰਦਪੁਰ ਸਾਹਿਬ ਦੇ ਵਿੱਚ ਕਨਵੈਨਸ਼ਨ ਰੱਖੀ ਸੀ, ਪੰਜਾਬ ਭਰ ਤੋਂ ਸਮੂਹ ਜ਼ਿਲ੍ਹਿਆਂ ਵਿੱਚੋਂ ਸਾਡੇ ਅਧਿਆਪਕ ਸਾਥੀ ਇੱਥੇ ਇਸ ਕਨਵੈਨਸ਼ਨ ਵਿੱਚ ਪਹੁੰਚੇ ਹੈ। ਇਸ ਵਿੱਚ ਅਸੀਂ ਅਧਿਆਪਕ ਮਸਲਿਆਂ ਦੇ ਵਿੱਚ
दे बारे विचार की है। स्कूलों के बहुत सारे मसले ने पिछलिया सरकार ने जो स्कूलों तो अध्यापकों मुलाजमान बहुत ज़्यादा अणगुलिया किया है। साडे बहुत सारे साथी 5-5 हज़ार से 10-10 हज़ार काम कर रहे हैं, तो पिछले 15-15 साल तो सेवा निभा रहे हैं, उन्होंने कोई सुनवाई नहीं हो रही। तो बहुत सारे मुलाजम है उन्होंने कोई पेनशन का कोई लाभ नहीं मिल रहा, पे कमीशन का कोई लाभ नहीं मिल रहा। स्कूलों का ढांचा व्यस्त है, जो स्कूलों में हम 4 महीने बीत गए अजे पुस्तक नहीं पहुँचिया, ना ही कोई किसी कोई पीएन है, ना सफाई सेवक है, सारे काम अध्यापकों खुद आप करने पैंदे है। बहुत सारे मसले है जो पिछलिया सरकार ने खड़े किए अणगोली किए हैं, तो उन्होंने वास्ते जी नवी सरकार तो बहुत सारिया आसा उम्मीदा है। तो जेकर सरकार साढ़े सिक्ख्या मंत्री जी ये गलबात साड़ी सुनते हैं तो इन मसलों का हल हो सकता है। असी सरकार तो आस के हिसाब के नाल कन्वेंशन रखी है, पिछलिया सरकार के विरुद्ध असी सीधे ही लड़ते रहे हैं, पर असी एक आस के नाल कन्वेंशन करके सरकार के ध्यान में लियाना चाहते हैं मंगा, ता कि जी साड़ियां मंगा सरकार मन के जल्दी तो जल्दी पंजाब के सिक्ख्या ढांचे को सुधारन, क्योंकि पंजाब सरकार पहला ही इलेक्शन तो पहला ही वादा कर चुकी है कि असी जो पंजाब का जो सिक्ख्या मॉडल है वो दिल्ली मॉडल की तर्ज से सब तो वधिया बनावांगे। यही साड़ियां मंगा जी, तो मंगा साड़िया पूरी होनी चाहिए। तो प्रॉब करनी है।